ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਕਾਜੀ ਨੂੰ ਅਜੇ ਤੱਕ ਇਹ ਪਤਾ ਨਹੀਂ ਸੀ ਲੱਗਾ ਕਿ ਉਸ ਦੀ ਲੜਕੀ ਕੌਲਾਂ ਵੀ ਗੁਰੂ ਜੀ ਨਾਲ ਅਮਰਸਰ ਆ ਗਈ ਹੈ ਇਸ ਵਾਸਤੇ ਉਹ ਰਾਤ ਠਹਿਰਨਾ ਖੁਸ਼ੀ ਨਾਲ ਮੰਨ ਗਿਆ ਗੁਰੂ ਜੀ ਨੇ ਉਸ ਦੀ ਰੋਟੀ ਤਿਆਰ ਕਰਨ ਵਾਸਤੇ ਕੌਲਾਂ ਨੂੰ ਸੁਨੇਹਾ ਭੇਜ ਦਿੱਤਾ ਕੌਲਾ ਨੇ ਬੜੇ ਪ੍ਰੇਮ ਨਾਲ ਰੋਟੀ ਤਿਆਰ ਕਰਕੇ ਆਪਣੇ ਪਿਤਾ ਅਤੇ ਉਸਦੇ ਨੌਕਰ ਨੂੰ ਆਪਣੀ ਦਾਸੀ ਹੱਥ ਥਾਲ ਪਰੋਸ ਕੇ ਭੇਜ ਦਿੱਤੇ ਜਦ ਕਾਜੀ ਨੇ ਬੜੇ ਪ੍ਰਸੰਨ ਹੋ ਕੇ ਖਾਣਾ ਖਾ ਲਿਆ ਤਾਂ ਕੌਲਾ ਨੇ ਸਾਹਮਣੇ ਆਣ ਕੇ ਸਲਾਮ ਕੀਤੀ ਕੌਲਾ ਨੂੰ ਇੱਥੇ ਵੇਖ ਕੇ ਕਾਜੀ ਗੁੱਸੇ ਨਾਲ ਕੌਲਾ ਨੂੰ ਗਾਲਾਂ ਕੱਢਦਾ ਹੋਇਆ ਉੱਠ ਕੇ ਬਾਹਰ ਚੱਲਿਆ ਗਿਆ ਅਤੇ ਘੋੜੇ ਤੇ ਚੜ ਕੇ ਆਪਣੇ ਨੌਕਰ ਸਹਿਤ ਵਾਪਿਸ ਲਾਹੌਰ ਨੂੰ ਜਾਂਦਾ ਹੋਇਆ ਸਿੱਖਾਂ ਨੂੰ ਆਗਿਆ ਕੇ ਹੁਣ ਮੈਂ ਸ਼ਾਹੀ ਸੈਨਾ ਲੈ ਕੇ ਆਵਾਂਗਾ ਅਤੇ ਗੁਰੂ ਜੀ ਨੂੰ ਫੜ ਕੇ ਆਪਣਾ ਬਦਲਾ ਲਵਾਵਾਂਗਾ ਕਾਜੀ ਨੇ ਲਾਹੌਰ ਪਹੁੰਚ ਕੇ ਸ਼ਾਹਜਹਾਨ ਨੂੰ ਆਪਣੀ ਸਾਰੀ ਗੱਲ ਦੱਸੀ ਕਿ ਗੁਰੂ ਜੀ ਨੇ ਮੇਰੇ ਘੋੜੇ ਦਾ ਮੁੱਲ ਵੀ ਨਹੀਂ ਦਿੱਤਾ ਅਤੇ ਮੇਰੀ ਲੜਕੀ ਨੂੰ ਵੀ ਪਰਹਾ ਕੇ ਅੰਮ੍ਰਿਤਸਰ ਲੈ ਗਿਆ ਹੈ ਆਪ ਸੈਨਾ ਭੇਜ ਕੇ ਗੁਰੂ ਜੀ ਨੂੰ ਫੜ ਕੇ ਇੱਥੇ ਮੰਗਵਾਓ ਅਤੇ ਉਸ ਨੂੰ ਇਸ ਅਪਰਾਧ ਦਾ ਡੰਡ ਦਿਓ ਕਾਜੀ ਦੀ ਸਾਰੀ ਗੱਲ ਸੁਣ ਕੇ ਪਾਦਸ਼ਾਹ ਨੇ ਕਿਹਾ ਲੜਕੀ ਜੋ ਕਾਫਿਰ ਹੋ ਗਈ ਹੈ ਉਸ ਦਾ ਖਿਆਲ ਛੱਡ ਦੇਣਾ ਚਾਹੀਦਾ ਹੈ ਤੂੰ ਚੁੱਪ ਕਰਕੇ ਘਰ ਬੈਠ ਪਾਦਸ਼ਾਹ ਦਾ ਉੱਤਰ ਸੁਣ ਕੇ ਜਦ ਕਾਜੀ ਚੁੱਪ ਕਰਕੇ ਘਰ ਨੂੰ ਚਲਿਆ ਗਿਆ ਤਾਂ ਇਹ ਸਾਰੀ ਗੱਲਬਾਤ ਲਿਖ ਕੇ ਵਜ਼ੀਰ ਖਾਨ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਭੇਜ ਦਿੱਤੀ ਅਤੇ ਲਿਖਿਆ ਕਿ ਆਪ ਨਿਸ਼ਚਿੰਤ ਹੋ ਕੇ ਟਿਕੇ ਰਹੋ ਪਾਦਸ਼ਾਹ ਨੇ ਕਾਜੀ ਦੀ ਗੱਲ ਸੁਣ ਕੇ ਸ਼ਾਹੀ ਸੇਨਾ ਨੂੰ ਭੇਜਣਾ ਪ੍ਰਵਾਨ ਨਹੀਂ ਕੀਤਾ। ਅੰਮ੍ਰਿਤਸਰ ਨਿਵਾਸ ਰੱਖ ਕੇ ਗੁਰੂ ਜੀ ਯੋਧੇ, ਘੋੜੇ ਅਤੇ ਸ਼ਸਤਰਾਂ ਨੂੰ ਇਕੱਤਰ ਕਰਕੇ ਨਿਤ ਹੀ ਯੁੱਧ ਦਾ ਅਭਿਆਸ ਕਰਦੇ ਰਹਿੰਦੇ। ਅਨੇਕ ਪ੍ਰਕਾਰ ਦੇ ਸ਼ਸਤਰਾਂ ਦੇ ਵਰਤਾਓ ਅਤੇ ਘੋੜਿਆਂ ਦੇ ਕਰਤੱਵ ਵੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੁੰਦੇ ਅਤੇ ਯੋਧਿਆਂ ਦੇ ਉਤਸ਼ਾਹ ਵਾਸਤੇ ਉਹਨਾਂ ਨੂੰ ਇਨਾਮ ਦਿੰਦੇ। ਦੇਸ਼ਾਂ ਪਰਦੇਸ਼ਾਂ ਤੋਂ ਬਹੁਤ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਅਕਾਲ ਤਖਤ ਉਤੇ ਸ਼ਾਮ ਨੂੰ ਦੀਵਾਨ ਲੱਗਦੇ ਅਤੇ ਢਾਡੀਆਂ ਪਾਸੋਂ ਯੋਧਿਆਂ ਦੇ ਪ੍ਰਸੰਗ ਆਪ ਸੁਣਦੇ ਅਤੇ ਆਪਣੇ ਯੋਧਿਆਂ ਨੂੰ ਸੁਣਾਉਂਦੇ ਇੱਕ ਦਿਨ ਬਕਾਲਾ ਨਿਵਾਸੀ ਭਾਈ ਹਰੀ ਚੰਨੇ ਮਾਤਾ ਗੰਗਾ ਜੀ ਨਾਲ ਸਲਾਹ ਕਰਕੇ ਆਪਣੀ ਲੜਕੀ ਨਾਨਕੀ ਜੀ ਦਾ ਰਿਸ਼ਤਾ ਗੁਰੂ ਜੀ ਨੂੰ ਕਰਕੇ 8 ਵਿਸਾਖ 1670 ਦਾ ਸਾਹ ਨਿਯਤ ਕਰ ਦਿੱਤਾ ਉਸ ਉਪਰੰਤ ਨਿਯਤ ਦਿਨ ਬੜੀ ਸਜ ਧਜ ਨਾਲ ਗੁਰੂ ਜੀ ਦੀ ਜੰਜ ਬਕਾਲੇ ਟੁਕੀ ਅਤੇ ਜਦ ਗੁਰੂ ਜੀ ਡੋਲਾ ਲੈ ਕੇ ਘਰ ਆਏ ਤਾਂ ਮਾਤਾ ਜੀ ਨੇ ਬਹੁਤ ਖੁਸ਼ੀਆਂ ਮਨਾਇਆਂ ਦਾਨ ਪੁੰਨ ਕੀਤੇ ਅਤੇ ਰਿਸ਼ਤੇਦਾਰਾਂ ਨੂੰ ਯੋਗ ਸਿਰਪੋ ਦੇ ਕੇ ਵਿਦਿਆ ਕੀਤਾ ਕੁਝ ਸਮਾਂ ਉਪਰੰਤ ਇੱਕ ਦਿਨ ਗੁਰੂ ਜੀ ਨੂੰ ਇੱਕ ਸਿੱਖ ਨੇ ਜਿਹੜਾ ਨਾਨਕ ਮੱਤੇ ਵੱਲੋਂ ਆਇਆ ਸੀ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਗੁਰੂ ਅਸਥਾਨ ਨਾਨਕ ਮੱਤੇ ਦੀ ਸਿੱਧ ਲੋਕ ਕੋਰ ਬੇਅਦਬੀ ਕਰ ਰਹੇ ਹਨ ਆਪ ਕਿਰਪਾ ਕਰਕੇ ਛੇਤੀ ਉਥੇ ਪਹੁੰਚ ਕੇ ਸਤਗੁਰੂ ਨਾਨਕ ਸਾਹਿਬ ਜੀ ਦੀ ਯਾਦਗਾਰ ਨੂੰ ਬਰਬਾਦ ਹੋਣ ਤੋਂ ਬਚਾਓ ਸਿੱਖ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਆਦੀ ਸ਼ਰੋਮਣੀ ਸਿੱਖਾਂ ਨੂੰ ਕਿਹਾ ਕਿ ਅਸੀਂ ਨਾਨਕ ਮੱਤੇ ਜਾ ਕੇ ਗੁਰੂ ਸਾਹਿਬ ਦੀਆਂ ਯਾਦਗਾਰਾਂ ਪਿੱਪਲ ਅਤੇ ਮਿੱਠਾ ਰਿੱਠਾ ਸਿੱਧਾ ਪਾਸੋਂ ਬਚਾਉਣਾ ਚਾਹੁੰਦੇ ਹਾਂ ਜੇ ਨਾ ਗਏ ਤਾਂ ਸਿੱਧ ਜੋਗੀ ਇਹਨਾਂ ਯਾਦਗਾਰਾਂ ਨੂੰ ਮਿਟਾ ਦੇਣਗੇ ਤੁਸੀਂ ਸਾਡੇ ਪਰਿਵਾਰ ਨੂੰ ਭਾਈ ਸਾਈ ਦਾਸ ਪਾਸ ਡੌਲੀ ਭਾਈ ਲੈ ਜਾਓ ਇਹ ਉੱਥੇ ਹੀ ਠਹਿਰਨਗੇ ਫਿਰ ਗੁਰੂ ਜੀ ਆਪ ਆਪਣੇ ਨਾਲ ਸਾਰੇ ਜੋਧੇ ਅਤੇ ਸ਼ਸਤਰ ਲੈ ਕੇ ਕਰਤਾਰਪੁਰ ਆ ਗਏ ਸ਼ਸਤਰ ਅਤੇ ਜੋਧੇ ਆਪ ਜੀ ਨੇ ਕਰਤਾਰਪੁਰ ਹੀ ਠਕਾ ਦਿੱਤੇ ਅਤੇ ਆਪ 2-4 ਦਿਨ ਠਹਿਰ ਕੇ ਇਹਨਾਂ ਦਾ ਪੂਰਾ ਪ੍ਰਬੰਧ ਕਰਕੇ ਆਪਣੇ ਨਾਲ 225 ਘੋੜਸਵਾਰ ਲੈ ਕੇ ਨਾਨਕ ਮੱਤੇ ਨੂੰ ਚੱਲ ਪਏ। ਕਰਤਾਰਪੁਰ ਠਹਿਰਨ ਸਮੇਂ ਦੂਰ ਨੇੜੇ ਦੀਆਂ ਬਹੁਤ ਸੰਗਤਾਂ ਆਪ ਜੀ ਦੀ ਮਹਿਮਾ ਸੁਣ ਕੇ ਦਰਸ਼ਨ ਕਰਨ ਆਈਆਂ। ਇਸ ਸਮੇਂ ਕਰਤਾਰਪੁਰ ਦੇ ਨੇੜੇ ਇੱਕ ਪਿੰਡ ਵੱਡੇ ਮੀਰ ਦੇ ਪਠਾਣ ਵੀ ਗੁਰੂ ਜੀ ਦੇ ਦਰਸ਼ਨ ਕਰਨ ਆਏ। ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਵੀ ਆਪਣੀ ਸੇਨਾ ਵਿੱਚ ਨੌਕਰ ਰੱਖ ਲਵੋ। ਸਤ ਗੁਰੂ ਜੀ ਨੇ ਉਹਨਾਂ ਵਿੱਚ ਇੱਕ ਨੌਜਵਾਨ 16 ਸਾਲ ਦੇ ਮੁੰਡੇ ਪੈਂਦੇ ਖਾਂ ਦੀ ਡੀਲਡੋਲ ਚੰਗੀ ਵੇਖ ਕੇ 11 ਰੁਪਏ ਮਹੀਨੇ ਤੇ ਨੌਕਰ ਰੱਖ ਲਿਆ ਅਤੇ ਇਸ ਨੂੰ ਆਪਣੇ ਹੋਰ ਯੋਧਿਆਂ ਪਾਸ ਕਰਤਾਰਪੁਰ ਹੀ ਛੱਡ ਕੇ ਆਪ ਨਾਨਕ ਮੱਤੇ ਨੂੰ ਚੱਲ ਪਏ। ਰਸਤੇ ਵਿੱਚ ਅਨੇਕਾਂ ਪ੍ਰਾਣੀਆਂ ਦਾ ਉਧਾਰ ਕਰਦੇ ਹੋਏ ਗੁਰੂ ਜੀ ਨਾਨਕ ਮੱਤੇ ਪਹੁੰਚ ਗਏ। ਭਾਈ ਅਲਮਸਤ ਤੋਂ ਸਾਰੀ ਗੱਲ ਸੁਣੀ। ਜੋਗੀਆਂ ਪਾਸੋਂ ਪਿੱਪਲ ਦੇ ਸਾੜੇ ਜਾਣ ਦੀ ਗੱਲ ਸੁਣ ਕੇ ਗੁਰੂ ਜੀ ਨੇ ਇਸ਼ਨਾਨ ਕਰਕੇ ਸ਼ਸ਼ਤਰ ਬਸਤਰ ਸਜਾਏ ਅਤੇ ਪਿੱਪਲ ਪਾਸ ਦੀਵਾਨ ਸਜਾ ਕੇ ਸੋਦਰ ਦੀ ਚੌਂਕੀ ਪੜ ਕੇ ਅਰਦਾਸ ਕੀਤੀ ਉਪਰੰਤ ਨਿਰਮਲ ਜਲ ਮੰਗਵਾ ਕੇ ਉਸ ਵਿੱਚ ਕੇਸਰ ਅਤੇ ਚੰਦਨ ਕੇ ਸੁਭਾਗ ਕੇ ਮਲਾਇਆ ਅਤੇ ਸਤਨਾਮ ਆ ਕੇ ਉਸ ਸੜੇ ਹੋਏ ਪਿੱਪਲ ਉੱਤੇ ਜਿਹੜਾ ਸਿੱਧਾਂ ਨੇ ਏਕਾ ਕਰਕੇ ਗੁਰੂ ਘਰ ਦੀ ਨਿਸ਼ਾਨੀ ਮਿਟਾਉਣ ਵਾਸਤੇ ਸਾੜ ਦਿੱਤਾ ਸੀ ਉਸ ਉੱਤੇ ਛਿੜਕਿਆ ਦੂਸਰੇ ਦਿਨ ਪਿੱਪਲ ਵਿੱਚੋਂ ਹਰੀਆਂ ਸ਼ਾਖਾਂ ਅਤੇ ਪੱਤੇ ਪੁੰਗਰੇ ਹੋਏ ਵੇਖ ਕੇ ਸਭ ਨੇ ਗੁਰੂ ਜੀ ਦੀ ਜੈ ਜੈਕਾਰ ਕੀਤੀ ਅਤੇ ਖੁਸ਼ੀਆਂ ਮਨਾਈਆਂ ਇਸ ਪਿੱਪਲ ਦੇ ਪੱਤਿਆਂ ਉੱਤੇ ਅੱਜ ਤੱਕ ਕੇਸਰ ਦੇ ਰੱਤੇ ਨਿਸ਼ਾਨ ਅਤੇ ਚੰਦਨ ਦੇ ਚਿੱਟੇ ਨਿਸ਼ਾਨ ਪ੍ਰਤੱਖ ਹੁੰਦੇ ਹਨ ਗੁਰੂ ਜੀ ਦਾ ਇਸ ਤਰ੍ਹਾਂ ਸ਼ਸ਼ਟ ਧਾਰੀ ਹੋ ਕੇ ਆਉਣਾ ਅਤੇ ਪਿੱਪਲ ਨੂੰ ਹਰਿਆ ਭਰਿਆ ਕਰਨਾ ਵੇਖ ਕੇ ਨਾਨਕ ਮੱਤੇ ਤੋਂ ਜੋਗੀ ਭੱਜ ਕੇ ਗੋਰਖਨਾਥ ਪਾਸ ਚਲੇ ਗਏ। ਅਤੇ ਉਸ ਨੂੰ ਦੱਸਿਆ ਕਿ ਪਹਿਲਾਂ ਜਿਸ ਸਥਾਨ ਦਾ ਨਾਮ ਆਪ ਜੀ ਦੇ ਪ੍ਰਤਾਪ ਕਰਕੇ ਗੁਰਖ ਮਤਾ ਸੀ ਪਰ ਫਿਰ ਜਦ ਆਪ ਜੀ ਨਾਲ ਉੱਥੇ ਚਰਚਾ ਕਰਕੇ ਸ੍ਰੀ ਨਾਨਕ ਜੀ ਨੇ ਵਿਜੈ ਪ੍ਰਾਪਤ ਕਰ ਲਈ ਸੀ ਤਾਂ ਉਸ ਦਾ ਨਾਮ ਨਾਨਕ ਮਤਾ ਪ੍ਰਸਿੱਧ ਹੋ ਗਿਆ ਸੀ। ਉੱਥੇ ਇੱਕ ਸਿੱਖ ਦੀਵੇ ਝਾੜੂ ਦੀ ਸੇਵਾ ਵਾਸਤੇ ਟਿਕ ਗਿਆ। ਅਸਾਂ ਉਸ ਨੂੰ ਉੱਥੋਂ ਚਲੇ ਜਾਣ ਵਾਸਤੇ ਕਿਹਾ ਪਰ ਉਸਨੇ ਸਾਡਾ ਕਹਿਣਾ ਨਾ ਮੰਨਿਆ ਤਾਂ ਅਸਾਂ ਉਸ ਪਿੱਪਲ ਨੂੰ ਅੱਗ ਲਾ ਕੇ ਸਾੜ ਦਿੱਤਾ ਜਿਸੇਠਾਂ ਬੈਠ ਕੇ ਇਹਨਾਂ ਦੇ ਗੁਰੂ ਨੇ ਤੁਹਾਡੇ ਨਾਲ ਚਰਚਾ ਕੀਤੀ ਸੀ ਅਤੇ ਜਿਸ ਨੂੰ ਇਹ ਆਪਣੇ ਗੁਰੂ ਜੀ ਦੀ ਯਾਦਗਾਰ ਸਮਝ ਕੇ ਮੰਨਦੇ ਹਨ ਸਾਡੀ ਇਸ ਕਾਰਵਾਈ ਨੂੰ ਵੇਖ ਕੇ ਉੱਥੋਂ ਦੇ ਸੇਵਾਦਾਰ ਸਿੱਖ ਨੇ ਆਪਣੇ ਗੁਰੂ ਨੂੰ ਪੰਜਾਬ ਦੇਸ਼ ਵਿੱਚੋਂ ਸੱਦ ਲਿਆ ਹੈ ਜਿਸ ਨੇ ਆਣ ਕੇ ਆਪਣੀ ਸ਼ਕਤੀ ਨਾਲ ਉਸ ਸੜੇ ਹੋਏ ਪਿੱਪਲ ਨੂੰ ਫਿਰ ਹਰਿਆ ਭਰਿਆ ਕਰ ਦਿੱਤਾ ਹੈ ਗੁਰੂ ਸ਼ਸ਼ਤਰਧਾਰੀ ਅਤੇ ਜੀਵ ਘਾਤੀ ਹੈ ਉਸ ਦੇ ਨਾਲ ਹੋਰ ਵੀ ਜੀਵ ਹਤਿਆ ਕਰਨ ਵਾਲੇ ਆਦਮੀ ਹਨ ਜੋ ਰੋਜ਼ ਹੀ ਜੰਗਲ ਵਿੱਚੋਂ ਜੀਵ ਮਾਰ ਕੇ ਲਿਆਉਂਦੇ ਹਨ ਅਤੇ ਰਿੰਨ ਕੇ ਖਾਂਦੇ ਹਨ ਆਪਣੇ ਚੇਲੇ ਪਾਸੋਂ ਗੋਰਖਨਾਥ ਨੇ ਯੋਧਿਆਂ ਦੀ ਸਾਰੀ ਗੱਲ ਸੁਣ ਕੇ ਆਖਿਆ ਗੁਰੂ ਨਾਨਕ ਦੀ ਗੱਦੀ ਨਾਲ ਝਗੜਾ ਨਹੀਂ ਕਰਨਾ ਚਾਹੀਦਾ ਮੇਲ ਹੀ ਰੱਖਣਾ ਉਚਿਤ ਹੈ ਗੋਰਖਨਾਥ ਦੀ ਇਹ ਗੱਲ ਸੁਣ ਕੇ ਪਰ ਥ੍ਰੀਨਾਥ ਝੰਗਰਨਾਥ ਆਦਿਕ ਸਿੱਧ ਬੋਲੇ ਕਿ ਹੁਣ ਇੱਥੇ ਗੁਰੂ ਨਾਨਕ ਜੀ ਨਹੀਂ ਹਨ ਅਸੀਂ ਆਪਣਾ ਅਸਥਾਨ ਇਸ ਗੁਰੂ ਤੋਂ ਜ਼ਰੂਰ ਛਡਾਵਾਂਗੇ ਇਹਨਾਂ ਦੀ ਗੱਲ ਸੁਣ ਕੇ ਗੁਰਖਨਾਥ ਨੇ ਕਿਹਾ ਜੇ ਇਹ ਗੱਲ ਹੈ ਤਾਂ ਜਾਓ ਅੱਜ ਹੀ ਜਾ ਕੇ ਆਪਣਾ ਅਸਥਾਨ ਛਡਾ ਲਵੋ ਇਸ ਨਾਲ ਤੁਹਾਡੀ ਸ਼ੋਭਾ ਹੋਵੇਗੀ ਗੋਰਖਨਾਥ ਦਾ ਇਹ ਬਚਨ ਸੁਣ ਕੇ ਯੋਗੀ ਗੁਰਖਨਾਥ ਨੂੰ ਆਦੇਸ਼ ਆਦੇਸ਼ ਕਰਦੇ ਹੋਏ ਚੱਲ ਗਏ ਗੁਰੂ ਜੀ ਪਾਸ ਨਾਨਕ ਮਤੇ ਆ ਗਏ ਗੁਰੂ ਜੀ ਪਾਸ ਬੈਠ ਕੇ ਚੰਗਰਨਾਥ ਨੇ ਕਿਹਾ ਤੁਹਾਡਾ ਗ੍ਰਸਤੀਆਂ ਦਾ ਸਾਡੇ ਨਾਲ ਜਿਨ੍ਹਾਂ ਨੇ ਸੰਸਾਰ ਦੇ ਸਭ ਪਦਾਰਥਾਂ ਨੂੰ ਤਿਆਗਿਆ ਹੋਇਆ ਹੈ ਝਗੜਾ ਕਰਨਾ ਚੰਗਾ ਨਹੀਂ ਹੈ ਇਸ ਕਰਕੇ ਸਾਡੇ ਇਸ ਪੁਰਾਣੇ ਸਥਾਨ ਗੋਰਖ ਮਤੇ ਨੂੰ ਤੁਸੀਂ ਛੱਡ ਕੇ ਚਲੇ ਜਾਓ ਗੁਰੂ ਜੀ ਨੇ ਹੱਸ ਕੇ ਕਿਹਾ ਤੁਹਾਡਾ ਮਨ ਮਮਤਾ ਵਿੱਚ ਫਸਿਆ ਹੋਇਆ ਹੈ ਕਿਸੇ ਅਸਥਾਨ अथवा ਪਦਾਰਥ ਵਿੱਚ ਆਪਣਤ ਰੱਖਣੀ ਇਹ ਤਿਆਗੀਆਂ ਦਾ ਕੰਮ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਤਿਆਗੀ ਕਹਿੰਦੇ ਹੋਏ ਵੀ ਮਮਤਾ ਵਿੱਚ ਫਸੇ ਹੋ ਗੁਰੂ ਜੀ ਦੇ ਇਹ ਬਚਨ ਸੁਣ ਕੇ ਜੋਗੀ ਆਪਣੀ ਅਜਮਤ ਵਿਖਾਉਣ ਵਾਸਤੇ ਆਕਾਸ਼ ਵਿੱਚ ਉੱਡ ਕੇ ਪੱਥਰਾਂ ਦੀ ਵਰਖਾ ਅਤੇ ਅੱਗ ਦੀਆਂ ਚੁਆਤੀਆਂ ਉਡਾਉਣ ਲੱਗੇ ਮਿੱਟੀ ਕੰਕਰਾਂ ਦੀ ਜ਼ੋਰਦਾਰ ਹਨੇਰੀ ਛੁੱਟ ਪਈ ਵੱਡੇ ਵੱਡੇ ਭਿਆਨਕ ਰੂਪ ਧਾਰ ਕੇ ਮੂੰਹ ਤੋਂ ਮਾਰ ਲਓ ਮਾਰ ਲਓ ਦੀਆਂ ਆਵਾਜ਼ਾਂ ਕਰਕੇ ਸਿੱਖਾਂ ਨੂੰ ਡਰਾਉਣ ਲੱਗੇ ਫਿਰ ਨਾਲ ਦੀ ਨਾਲ ਹੀ ਸ਼ੇਰਾਂ ਅਤੇ ਸੱਪਾਂ ਦੇ ਭਿਆਨਕ ਰੂਪ ਧਾਰ ਕੇ ਪਬਕਾਂ ਅਤੇ ਫੁੰਕਾਰੇ ਮਾਰਨ ਲੱਗੇ ਇੰਨਾ ਕੌਤਕਾ ਨਾਲ ਸਿੱਖਾਂ ਨੂੰ ਹੈਰਾਨ ਹੁੰਦੇ ਵੇਖ ਕੇ ਗੁਰੂ ਜੀ ਨੇ ਕਿਹਾ ਤੁਸੀਂ ਚੁੱਪ ਕਰਕੇ ਤਮਾਸ਼ਾ ਵੇਖਦੇ ਰਹੋ ਇਹਨਾਂ ਦੀ ਸਾਰੀ ਸ਼ਕਤੀ ਹੁਣੇ ਹੀ ਨਾਸ ਹੋ ਜਾਏਗੀ ਗੁਰੂ ਜੀ ਨੇ ਇਹ ਬਚਨ ਸੁਣ ਕੇ ਜਦ ਉੱਪਰ ਨਿਗਾਹ ਕਰਕੇ ਸਿੱਧਾਂ ਵੱਲ ਵੇਖਿਆ ਤਾਂ ਜਿੱਥੇ ਵੀ ਕੋਈ ਜਿਸ ਦੀ ਸ਼ਕਲ ਵਿੱਚ ਹੈ ਉੱਥੇ ਹੀ ਉਸ ਨੂੰ ਅੱਗ ਸਾੜਨ ਲੱਗ ਪਈ ਇਸ ਅਗਨੀ ਨਾਲ ਵਿਆਕੁਲ ਹੋ ਕੇ ਸਿੱਧ ਭੱਜ ਕੇ ਗੋਰਖਨਾਥ ਪਾਸ ਚਲੇ ਗਏ ਅਤੇ ਰਖ ਲਓ ਰਖ ਲਓ ਦਾ ਵਾਸਤਾ ਪਾ ਕੇ ਉਸ ਦੀ ਸ਼ਰਨ ਪੈ ਗਏ ਗੋਰਖ ਨੇ ਕਿਹਾ ਤੁਹਾਨੂੰ ਮੈਂ ਪਹਿਲਾਂ ਹੀ ਸਮਝਾਇਆ ਸੀ ਕਿ ਗੁਰੂ ਨਾਨਕ ਦੀ ਗੱਦੀ ਨਾਲ ਝਗੜਾ ਕਰਨਾ ਚੰਗਾ ਨਹੀਂ ਹੈ ਪਰ ਤੁਸੀਂ ਮੇਰੀ ਗੱਲ ਨਾ ਮੰਨੀ ਤੇ ਹੁਣ ਸਾਰੇ ਸਿੱਧਾਂ ਦਾ ਮਾਣ ਗਵਾ ਕੇ ਭੱਜੇ ਆਏ ਹੋ ਇਸ ਤਰ੍ਹਾਂ ਗੁਰਖਨਾਥ ਨੇ ਉਹਨਾਂ ਨੂੰ ਬਹੁਤ ਸ਼ਰਮਿੰਦਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ